ਬਾਹਰ ਬਾਜ਼ਾਰਾਂ 'ਚ ਅਸੀਂ ਅਕਸਰ ਦੂਸ਼ਿਤ ਗੰਨੇ ਦਾ ਰਸ ਪੀਂਦੇ ਹਾਂ। ਫੈਪਰੋ ਦਾ ਗੰਨੇ ਦਾ ਰਸ ਪੀ ਕੇ ਤੁਸੀਂ ਮਹਿਸੂਸ ਕਰੋਗੇ ਕਿ ਜ਼ਾਇਕਾ ਵਾਕਈ ਬਹੁਤ ਵੱਖਰਾ। ਪੱਕਾ ਹੋਇਆ ਗੰਨਾ ਨਾ ਵਰਤਦੇ ਹੋਏ ਗੰਨੇ ਦੇ ਵਿੱਚ ਜਿਹੜਾ ਹੈਗਾ ਆ ਸੂਕਰੋਜ਼ ਜਾਣੀ ਕਿ ਜੋ ਸ਼ੂਗਰ ਹੈ ਉਹ ਮਿਲਾ ਦਿੰਦੇ ਨੇ ਅਤੇ ਜਿਹਦੇ ਨਾਲ ਗੰਨੇ ਦੀ ਮਿਠਾਸ ਬਣ ਜਾਂਦੀ ਹੈ। ਪਰ ਸਾਡਾ ਅਦਾਰਾ ਜਿਹੜਾ ਹੈ ਉਹ ਇਸ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਕਰਦਾ ਅਤੇ ਅਸੀਂ ਜਿਤਨਾ ਵੀ ਹੋ ਸਕਦਾ ਉਸਨੂੰ ਨੈਚੁਰਲ ਤੌਰ 'ਤੇ ਜਿਹੜਾ ਹੈ ਉਹਨੂੰ ਤਿਆਰ ਕਰਦੇ ਹਾਂ, ਉਹਦੀ ਪ੍ਰੋਸੈਸਿੰਗ ਜਿਹੜੀ ਹੈ ਨੈਚੁਰਲ ਕਰਦੇ ਹਾਂ। ਵਿਸ਼ਵਾਸ ਪੱਥਰ ਵਿੱਚ ਜਾਨ ਪਾ ਦਿੰਦਾ ਹੈ। ਇਸ ਵਾਕ ਨੂੰ ਪ੍ਰੈਕਟੀਕਲ ਰੂਪ 'ਚ ਕਿਸਾਨ 300 ਕਿਸਾਨਾਂ ਤੋਂ ਵੱਧ ਸੁਸਾਇਟੀ ਨੇ ਪਿੰਡ ਕੁਕਿਆਲ, ਜਿਸ ਦਾ ਨਾਮ ਫਾਰਮ ਪ੍ਰੋਡਿਊਸ ਪ੍ਰੋਮੋਸ਼ਨ ਸੁਸਾਇਟੀ ਹੈ, ਨੇ ਦਿੱਤਾ। ਇਸ ਵੇਲੇ ਸੀਜ਼ਨ ਦੇ ਵਿੱਚ ਮੁੱਖ ਤੌਰ 'ਤੇ ਕੁਆਲਿਟੀ ਗੁੜ ਸ਼ੱਕਰ ਦਾ ਪਲਾਟ ਚੱਲ ਰਿਹਾ, ਗੰਨੇ ਦਾ ਪਲਾਟ। ਇਸ਼ਕ ਦੀ ਤਬੀਅਤ ਦਾ ਰੰਗ ਇਹ ਗੁੜੀ ਦੱਸ ਸਕਦਾ ਹੈ। ਇਸ ਦੀ ਮਿਠਾਸ ਦਾ ਰੰਗ ਕਦੇ ਵੀ ਬਦਰੰਗ ਨਹੀਂ ਹੁੰਦਾ। ਗੁੜ ਮਿਠਾਸ ਦਾ ਲਿਬਾਸ ਹੀ ਨਹੀਂ ਪਾਉਂਦਾ, ਇਹਦੀ ਤਾਂ ਦੇਹ ਹੀ ਸ਼ਰਬਤ ਦੀ ਬਣੀ ਹੁੰਦੀ ਹੈ। ਸ਼ੱਕਰ, ਖੰਡ ਤੇ ਬੂਰਾ ਇਸ ਸ਼ਰਬਤੀ ਬਾਬੇ ਦੀਆਂ ਜਾਨਸ਼ੀਨ ਨੇ। ਗੁੜ ਤਾਂ ਮੋਚ ਗੁੜੁੱਚ ਲੋਰੀ ਵਰਗਾ ਗੀਤ ਹੁੰਦਾ। ਦਾਨ ਮਿਊਟ ਦੇਖ ਰਹੇ ਹੋ ਤੁਸੀਂ, ਮੈਂ ਹਾਂ ਤੁਹਾਡੇ ਨਾਲ ਗੁਰਨੀਤ, ਅਦੀਬ ਅਜ਼ੀਜ਼ ਦੋਸਤੋ, ਅਦਾਬ ਅਰਜ਼ ਹੈ। ਅੱਜ ਅਸੀਂ ਤੁਹਾਨੂੰ ਹੁਸ਼ਿਆਰਪੁਰ ਕੰਡੀ ਦੇ ਇਲਾਕੇ 'ਚ ਲੈ ਕੇ ਆਏ ਹਾਂ। ਇੱਥੋਂ ਦੀ ਜ਼ਰਖੇਜ਼ ਜ਼ਮੀਨ ਐਸੀ ਹੈ, ਇੱਥੋਂ ਦੀ ਮਿੱਟੀ ਐਸੀ ਹੈ, ਇੱਥੋਂ ਦਾ ਹਵਾ ਪਾਣੀ ਹਰ ਸ਼ੈ ਐਸੀ ਹੈ ਕਿ ਜਿਸ ਵਿੱਚੋਂ ਮੈਡੀਸੀਨਲ ਜਿਹੜੇ ਪ੍ਰੋਡਕਟਸ ਨੇ ਉਹ ਉਗਾਏ ਜਾਂਦੇ ਨੇ। ਬੇਸ਼ੱਕ ਸ਼ਹਿਦ ਦੀ ਗੱਲ ਕਰ ਲਈਏ, ਬੇਸ਼ੱਕ ਅਸੀਂ ਔਰਗੈਨਿਕ ਗੁੜ ਦੀ ਗੱਲ ਕਰ ਲਈਏ, ਔਰਗੈਨਿਕ ਹਲਦੀ ਦੀ ਗੱਲ ਕਰ ਲਈ। ਦਰਅਸਲ ਇਹ ਫੈਪਰੋ ਨਾਮ ਦੀ ਇੱਕ ਸੁਸਾਇਟੀ ਜੋ 2001 ਦੇ ਵਿੱਚ ਐਸਟੈਬਲਿਸ਼ ਹੋਈ ਸੀ, ਇੱਥੇ ਕਰੀਬਨ 300 ਕਿਸਾਨ ਜਿਹੜੇ ਨੇ ਉਹ ਇਸ ਸੁਸਾਇਟੀ ਦੇ ਮੈਂਬਰ ਨੇ। ਹੁਸ਼ਿਆਰਪੁਰ ਦਾ ਇਹ ਇਲਾਕਾ ਜਿੱਥੇ ਸਾਇੰਟਿਫਿਕ ਜੈਗਰੀ ਪ੍ਰੋਸੈਸਿੰਗ ਯੂਨਿਟ ਲੱਗਿਆ, ਸ਼ੁੱਧਤਾ ਦੀ ਜ਼ਿੰਮੇਵਾਰੀ ਪੂਰਨ ਤੌਰ 'ਤੇ ਇਹਨਾਂ ਦੀ ਹੈ। ਇੱਥੇ ਦੀ ਸਫਾਈ ਲਾਮਿਸਾਲ ਹੈ, ਬਣਾਉਣ ਤੋਂ ਲੈ ਕੇ ਪੈਕਿੰਗ ਤੱਕ ਸਭ ਬਹੁਤ ਹੀ ਉਮਦਾ। ਬਾਅਦ ਵਿੱਚ ਕੰਟੇਨਰ ਨੂੰ ਗਰਮ ਪਾਣੀ ਨਾਲ ਸਾਫ਼ ਕਰਨ ਦੀ ਤਕਨੀਕ ਆਪਣੇ ਆਪ 'ਚ ਬਹੁਤ ਖਾਸ ਹੈ। ਇਹ ਗੁੜ ਤੁਹਾਨੂੰ ਐਸਿਡਿਟੀ ਨਹੀਂ ਕਰੇਗਾ, ਬਲਕਿ ਪੇਟ ਨੂੰ ਖਾਣਾ ਪਚਾਉਣ 'ਚ ਮਦਦ ਮਿਲੇਗੀ। ਰਿਸਰਚ ਦੌਰਾਨ ਪਤਾ ਲੱਗਿਆ ਕਿ ਇਸ ਗੁੜ ਵਿੱਚ ਐਂਟੀ ਕੈਂਸਰ ਤੱਤਵ ਵੀ ਪਾਏ ਗਏ ਨੇ, ਸੋ ਕੈਂਸਰ ਪੇਸ਼ੈਂਟਸ ਲਈ ਇਹ ਕਾਫ਼ੀ ਲਾਹੇਵੰਦ ਵੀ ਹੈ। ਹੁਸ਼ਿਆਰਪੁਰ ਦੀ ਧਰਤੀ ਬਾਬਤ ਸ਼ਿਵ ਕੁਮਾਰ ਬਟਾਲਵੀ ਕਹਿੰਦੇ ਨੇ ਕਿ ਜਿੱਥੇ ਇਤਰਾਂ ਦੇ ਵਗਦੇ ਨੇ ਚੋ ਉੱਥੇ ਮੇਰਾ ਯਾਰ ਵਸਦਾ। ਜਾਂ ਰਾਹਤ ਇੰਦੌਰੀ ਸਾਹਿਬ ਕਹਿੰਦੇ ਨੇ ਕਿ ਚਲਤੇ ਫਿਰਤੇ ਹੋਏ ਮਹਿਤਾਬ ਦਿਖਾਏਂਗੇ ਤੁਹੇ, ਕਭੀ ਆਨਾ ਹਮਾਰੇ ਪੰਜਾਬ ਦਿਖਾਏਂਗੇ ਤੁਹੇ। ਦੋਸਤੋ, ਇਹਨਾਂ 300 ਮੈਂਬਰਸ ਦੀ ਜਿਹੜੀ ਸੁਸਾਇਟੀ ਹੈ, ਇਹਨਾਂ ਨੇ ਇੱਕ ਇਨੀਸ਼ੀਏਟਿਵ ਲਿਆ ਵੀ ਕਿਉਂ ਨਾ ਅਸੀਂ ਅਨਇੰਪਲਾਇਮੈਂਟ ਨੂੰ ਖਤਮ ਕਰੀਏ, ਬੇਰੁਜ਼ਗਾਰੀ ਨੂੰ ਖਤਮ ਕਰੀਏ, ਔਰ ਇੱਥੋਂ ਸਭ ਤੋਂ ਪਹਿਲਾਂ ਹਲਦੀ ਬਣਾਉਣ ਦਾ ਜਿਹੜਾ ਕੋਨਸੈਪਟ ਹੈ ਉਹ ਇਹਨਾਂ ਨੂੰ ਸ਼ੁਰੂ ਕੀਤਾ। ਔਰਗੈਨਿਕ ਹਲਦੀ, ਇਹਨਾਂ ਦੀ ਹਲਦੀ ਇੰਨੀ ਕਮਾਲ ਦੀ ਹੈ ਕਿ ਨੋਰਮਲ ਹਲਦੀ ਜਿਹੜੀ ਸਬਜ਼ੀ ਦੇ ਵਿੱਚ ਇੱਕ ਚਮਚਾ ਪੈਂਦੀ ਹੈ, ਤਾਂ ਇੱਕ ਚੁਟਕੀ ਇਹ ਦਾਅਵਾ ਕਰਦੇ ਨੇ ਕਿ ਉਹਦੇ ਵਿੱਚ ਮੈਡੀਸੀਨਲ ਕੁਆਲਿਟੀਜ਼ ਬਹੁਤ ਜ਼ਿਆਦਾ ਨੇ। ਇਸੇ ਤਰ੍ਹਾਂ ਬੀ ਕੀਪਿੰਗ, ਜਿਹੜੇ ਮੱਖੀਆਂ ਦਾ ਰੱਖ ਰਖਾਵ ਹੈ, ਸ਼ਹਿਦ ਦੀਆਂ ਮੱਖੀਆਂ, ਉਹਨਾਂ ਨੂੰ ਜਿਸ ਤਰ੍ਹਾਂ ਨਾਲ ਇਹ ਫੀਡ ਕਰਦੇ ਹੈ ਜਾਂ ਜਿੱਥੇ ਜਾ ਕੇ ਉਹ ਫੁੱਲਾਂ ਦਾ ਰਸ ਚੂਸਦੀਆਂ ਨੇ, ਉਹ ਆਪਣੇ ਆਪ ਦੇ ਵਿੱਚ ਸ਼ਹਿਦ ਵੀ ਇਹਨਾਂ ਦਾ ਮੈਡੀਸੀਨਲ ਹੈ, ਇੱਕ ਦਵਾਈ ਦੀ ਤਰ੍ਹਾਂ ਵਰਤਿਆ ਜਾਂਦਾ। ਇਸ ਤੋਂ ਇਲਾਵਾ ਗੁੜ ਦਾ ਤਾਂ ਬਹੁਤ ਹੀ ਕਮਾਲ ਦਾ ਕੋਨਸੈਪਟ ਮੈਨੂੰ ਲੱਗਿਆ
ਗੁੜ ਜਿਸ ਤਰ੍ਹਾਂ ਬਣਾਇਆ ਜਾਂਦਾ ਹੈ, ਇੰਨਾ ਹਾਈਜੈਨਿਕ ਇਹਨਾਂ ਦਾ ਸਾਰਾ ਕੋਨਸੈਪਟ, ਕੋਈ ਵੀ ਮੱਖੀ ਮੱਛਰ ਤੁਹਾਨੂੰ ਵੇਖਣ ਨੂੰ ਨਹੀਂ ਮਿਲੇਗਾ, ਔਰ ਕਲੀਨਲੀਨੈਸ, ਸਫਾਈ ਦਾ ਖਾਸ ਕਰਕੇ ਬਹੁਤ ਜ਼ਿਆਦਾ ਖਿਆਲ ਰੱਖਿਆ ਗਿਆ। ਸੋ ਆਓ ਇੱਕ ਗੇੜਾ ਇਹਨਾਂ ਦੀ ਸੁਸਾਇਟੀ ਦਾ, ਇਹਨਾਂ ਦੇ ਫਾਰਮ ਦਾ ਲਗਾਉਂਦੇ ਹਾਂ, ਔਰ ਇੱਥੇ ਦੇਖ ਕੇ ਵਾਕਈ ਲੱਗਦਾ ਕਿ ਸਾਡੇ ਖੇਤ ਉਹ ਨੇ ਜਿਹਨਾਂ ਖੇਤਾਂ ਵਿੱਚ ਰੱਬ ਵੱਸਦਾ। ਇਹ ਵੇਣਾ ਜਿੱਥੇ ਜ਼ਿਮੀਂਦਾਰਾਂ ਦੇ ਆਮਦਨ ਵਿੱਚ ਵਾਧਾ ਕਰੂਗਾ ਔਰ ਉਸਦੇ ਨਾਲ ਹੀ ਲੋਕਾਂ ਨੂੰ ਮਿਆਰੀ ਗੁੜ ਵੀ ਖਾਣ ਨੂੰ ਮਿਲੇਗਾ। ਇਹ ਗੁੜ ਵਿੱਚ ਜਿਹੜਾ ਅਸੀਂ ਬਣਾਉਂਦੇ ਹਾਂ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਮਿਲਾਵਟ ਨਹੀਂ ਹੁੰਦੀ, ਇਹ ਬੜਾ ਵਧੀਆ ਗੁੜ ਬਣਦਾ ਔਰ ਇਹ ਹਾਈਜੈਨਿਕ ਮਤਲਬ ਤਰੀਕੇ ਨਾਲ ਇਹ ਗੁੜ ਤਿਆਰ ਹੋ ਰਿਹਾ। ਤੁਸੀਂ ਇਹ ਦੇਖ ਰਹੇ ਹੋ ਕਿ ਇਹ ਸਾਡੇ ਕੋਲ ਜਿਹੜਾ ਅਸੀਂ ਇਹ ਪ੍ਰੋਜੈਕਟ ਬਣਾਇਆ ਇਹਦੇ ਵਿੱਚ ਮੱਖੀ ਮੱਛਰ ਤੱਕ ਨਹੀਂ ਅੰਦਰ ਜਾ ਸਕਦਾ, ਇਹਨੂੰ ਬੜੀ ਸਾਫ਼ ਸੁਥਰੀ ਤਰੀਕੇ ਨਾਲ ਅਸੀਂ ਤਿਆਰ ਕਰਦੇ ਹਾਂ ਔਰ ਕੋਈ ਵੀ ਕੈਮੀਕਲ ਅਸੀਂ ਇਸ ਵਿੱਚ ਯੂਜ਼ ਨਹੀਂ ਕਰਦੇ। ਇਹ ਲੋਕਾਂ ਲਈ ਇੱਕ ਵਧੀਆ ਉਪਰਾਲਾ ਜਿਹੜਾ ਅਸੀਂ ਕੀਤਾ ਆ ਮਾਰਕੀਟ ਵਿੱਚ ਸੇਲ ਕਰਨ ਦੇ ਵਿੱਚ ਤਕਰੀਬਨ 100 ਬੰਦਾ ਜਿਹੜਾ ਉਹਦੇ ਵਿੱਚ ਰਨੂਨ ਬੰਦੇ ਨੂੰ ਰੁਜ਼ਗਾਰ ਮਿਲਦਾ ਆ। ਜ਼ਿਮੀਂਦਾਰ ਸਾਡੇ ਨਾਲ ਆਉਂਦਾ ਉਹਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਔਰ ਉਹ ਅਗਾਂਹ ਤੋਂ ਜਿਹੜਾ ਮਤਲਬ ਜ਼ਿਮੀਂਦਾਰ ਨੂੰ ਅਸੀਂ ਸਵੈ ਰੁਜ਼ਗਾਰ ਜਿਹੜਾ ਆ ਉਹ ਦੇ ਰਹੇ ਹਾਂ। ਅਸੀਂ ਪੈਦਾ ਉਸਨੂੰ ਪੈਦਾ ਕਰਨ ਤੋਂ ਲੈ ਕੇ ਸੇਲ ਕਰਨ ਤੱਕ ਪੁਆਇੰਟ ਜਿਹੜਾ ਉਹ ਸਿਸਟਮ ਆਪਣੇ ਮੈਂਬਰਾਂ ਰਾਹੀਂ ਸਾਰਾ ਇਹ ਉਪਲਬਧ ਕਰਾ ਰਹੇ ਹਾਂ। ਫੈਪਰੋ ਦਰਅਸਲ ਇੱਕ ਉਦਮ ਸੀ ਜੋ 300 ਕਿਸਾਨਾਂ ਨੇ ਮਿਲ ਕੇ ਕੀਤਾ। ਜ਼ਿੰਦਗੀ ਨੂੰ ਇੱਕ ਉਦੇਸ਼, ਇੱਕ ਮਕਸਦ ਦੀ ਲੋੜ ਹੀ ਤਾਂ ਹੁੰਦੀ ਹੈ ਬਸ। 300 ਕਿਸਾਨਾਂ ਦਾ ਮਤਲਬ 300 ਪਰਿਵਾਰ, ਯਾਨੀ 300 ਪਰਿਵਾਰਾਂ ਦੇ ਜੀਆਂ ਨੂੰ ਇੱਕ ਉਦੇਸ਼ ਮਿਲ ਗਿਆ। ਕਮਾਈ ਦਾ ਸਾਧਨ ਵੀ ਹੈ ਤੇ ਦੂਸਰਾ ਇਹ ਆਪ ਆਰਗੈਨਿਕ ਚੀਜ਼ਾਂ ਵੀ ਵਰਤ ਰਹੇ ਨੇ। ਫੈਪਰੋ ਬਣਦੇ ਸ਼ੁਰੂ ਵਿੱਚ ਹੀ ਜਿਹੜਾ ਇੱਕ ਐਗਰੀਕਲਚਰ ਟੈਕਨੋਕਰੈਟਸ ਨੇ ਵਿਜ਼ਨ ਪੇਪਰ ਲਿਖਿਆ ਸੀ, ਸਾਹਮਣੇ ਭਵਿੱਖ ਵਿੱਚ ਆਉਣ ਵਾਲੇ ਕ੍ਰਾਈਸਿਸ ਬਾਰੇ ਮਾਲੂਮ ਪੜ ਗਿਆ ਸੀ। ਸਾਡਾ ਜ਼ੋਰ ਉਹ ਸੀ ਉਸ ਮੰਤਵ 'ਤੇ ਸੀ ਜਿਹਦੇ ਵਿੱਚ ਘੱਟੋ ਘੱਟ ਵਰਤੋਂ ਹੋਵੇ ਜ਼ਹਿਰਾਂ ਦੀ ਜਾਂ ਨਾ ਹੋਵੇ, ਦੂਸਰਾ ਜਿਹੜਾ ਲੋਕਾਂ ਦੇ ਕਿਸਾਨ ਦੀ ਜੇਬ ਵਿੱਚ 4 ਪੈਸੇ ਪਾਵੇ। ਇਹੋ ਜਿਹੇ 2 ਪ੍ਰੋਡਕਟ ਸਾਹਮਣੇ ਆਏ ਸੀ, ਇੱਕ ਹਲਦੀ ਇੱਕ ਸ਼ਹਿਦ। ਸ਼ਹਿਦ ਇਸ ਖੇਤਰ ਦੀ ਫਸਲ ਲਈ ਸੀ, ਇਹ ਬਾਹਰੋਂ ਲਿਆ ਕੇ ਸਾਊਥ ਦੇ ਵਿੱਚੋਂ ਲਿਆ ਕੇ ਇਹਦੀਆਂ 6-7 ਵਰਾਇਟੀਆਂ ਟੈਸਟ ਕੀਤੀਆਂ, ਜਿਨ੍ਹਾਂ ਦੇ ਵਿੱਚੋਂ 2 ਵਰਾਇਟੀਆਂ ਇੱਥੇ ਚੱਲ ਰਹੀਆਂ ਨੇ। ਇਹਨਾਂ ਦੀ ਹਲਦੀ, ਸ਼ਹਿਦ, ਵੇਸਣ ਸਭ ਬਹੁਤ ਹੀ ਸ਼ੁੱਧ ਹੈ। ਵਰਤਨ 'ਤੇ ਤੁਸੀਂ ਆਪ ਬਾਜ਼ਾਰ 'ਚੋਂ ਮਿਲ ਰਹੀਆਂ ਚੀਜ਼ਾਂ ਨਾਲੋਂ ਫਰਕ ਅਤੇ ਸਵਾਦ ਸਹਿਜੇ ਹੀ ਮਹਿਸੂਸ ਕਰੋਗੇ। ਹਰੀਆਂ ਚਰੀਆਂ ਦੀ ਹਰਿਆਵਲ, ਕਿਤੇ ਲੈ ਲੈ ਕਰਦੇ ਚਾਵਲ, ਰਲ ਗੁੱਡਣੇ ਜਾਣ ਕਮਾਦੀ, ਮੁੰਡਿਆਂ ਰਲ ਰਲ ਚੋਰੀ ਖਾਧੀ, ਦੀਂਦਾ ਘਿਓ 'ਚ ਲਿਬੜਿਆ ਪੌਣਾ ਨਾ, ਕੋਈ ਦੇਸ ਪੰਜਾਬੋਂ ਸੋਹਣਾ ਨਾ। ਮੈਂ ਹਰਪ੍ਰੇਮ ਚੰਦ ਵਿਸ਼ਿਸ਼ਟ, ਜਨਰਲ ਸਕੱਤਰ ਫਾਰਮ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ। ਮੈਂ ਗੰਨੇ ਦੀ ਪ੍ਰੋਡਕਸ਼ਨ ਅਤੇ ਪ੍ਰੋਸੈਸਿੰਗ ਦੇ ਵਿੱਚ ਜਿਹੜਾ ਕੰਮ ਕਰਦਾ, ਅਤੇ ਮੈਨੂੰ ਇਹ ਵੀ ਦੱਸਣ ਵਿੱਚ ਖੁਸ਼ੀ ਹੋ ਰਹੀ ਹੈ ਕਿ ਮੈਂ ਪੰਜਾਬ ਵੱਲੋਂ ਗੰਨੇ ਦੀ ਪ੍ਰੋਡਕਸ਼ਨ ਅਤੇ ਪ੍ਰੋਸੈਸਿੰਗ ਦੇ ਵਿੱਚ ਸਟੇਟ ਅਵਾਰਡੀ ਹਾਂ। PhD ਹੋਲਡਰਸ, ਆਫਿਸਰਸ, ਐਗਰੋ ਟੈਕਨੀਸ਼ੀਅਨਸ, ਸਟੇਟ ਅਵਾਰਡੀ ਲੋਕ ਇਸ ਗਰੁੱਪ ਦਾ ਹਿੱਸਾ ਨੇ। ਸਮਝ ਅਤੇ ਆਪਸੀ ਮਸ਼ਵਰੇ ਨਾਲ ਫੈਪਰੋ ਇੱਕ ਲੰਬੇ ਅਰਸੇ ਤੋਂ ਬਾਖੁਸ਼ੀ ਪੰਜਾਬੀਅਤ ਲਈ ਆਪਣਾ ਵਿਲੱਖਣ ਯੋਗਦਾਨ ਪਾ ਰਿਹਾ। ਕੁਆਲਿਟੀ ਜੈਗਰੀ ਜਿਹੜਾ ਕਿਸ ਤਰ੍ਹਾਂ ਤਿਆਰ ਕੀਤਾ ਜਾ ਸਕਦਾ, ਕਿਉਂਕਿ ਜਿਹੜਾ ਗੁੜ ਹੈ ਜਾਂ ਜੈਗਰੀ ਜਿਸ ਨੂੰ ਬੋਲਦੇ ਹਾਂ ਅਸੀਂ, ਉਹ ਗੰਨੇ ਦੇ ਵਿੱਚ ਜਿਹੜਾ ਹੈ ਉਹ ਪਿਆ ਹੈ,
ਉਹ ਸਾਰੀ ਚੀਜ਼ ਜਿਹੜੀ ਡਿਪੈਂਡ ਕਰਦੀ ਹੈ ਕਿ ਗੰਨਾ ਜਿਹੜਾ ਹੈ ਅਸੀਂ ਕਿਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਪੈਦਾ ਕਰਦੇ ਹਾਂ। ਸਭ ਤੋਂ ਪਹਿਲਾਂ ਕੁਆਲਿਟੀ ਗੁੜ ਤਿਆਰ ਕਰਨ ਵਾਸਤੇ ਹੈ ਕਿ ਜ਼ਮੀਨ ਦੀ ਨੇਚਰ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਉਹਦੇ ਵਾਸਤੇ ਬੜੀ ਇੱਕ ਸਾਫ਼ ਹੈ ਕਿ ਜ਼ਮੀਨ ਦੀ ਜਿਹੜੀ pH ਵੈਲਿਊ ਹੈ ਉਹ 6.5 ਤੋਂ 7 ਤੱਕ ਹੋਣੀ ਚਾਹੀਦੀ ਆ। ਉਹ ਤੋਂ ਅਗਲਾ ਫੈਕਟਰ ਹੈ ਉਹ ਹੈ ਕਿ ਗੰਨੇ ਦੀ ਕੁਆਲਿਟੀ, ਕਿ ਕਿਸ ਕੁਆਲਿਟੀ ਦਾ ਤੁਸੀਂ ਜਿਹੜਾ ਗੰਨਾ ਜਿਹੜਾ ਹੈਗਾ ਆ ਬੀਜ ਰਹੇ ਹੋ ਅਤੇ ਉਹਦੇ ਤੋਂ ਕਿਸ ਕੁਆਲਿਟੀ ਦਾ ਗੁੜ ਤਿਆਰ ਹੋਏਗਾ। ਉਹ ਤੋਂ ਅਗਲਾ ਫੈਕਟਰ ਜਿਹੜਾ ਹੈ ਉਹ ਹੈ ਕਿ ਅਸੀਂ ਉਸ ਗੰਨੇ ਨੂੰ ਜਾਂ ਉਸ ਫਸਲ ਨੂੰ ਜਿਹੜਾ ਹੈ ਕਿਸ ਤਰ੍ਹਾਂ ਦਾ ਜਿਹੜਾ ਵਾਤਾਵਰਣ ਦੇ ਰਹੇ ਹਾਂ, ਯਾਨੀ ਕਿ ਕਿਤਨੀ ਕੁ ਅਸੀਂ ਉਹਨੂੰ ਫਰਟੀਲਾਈਜ਼ਰ ਦੇ ਰਹੇ ਹਾਂ ਅਤੇ ਕਿੰਨਾ ਜਿਹੜਾ ਹੈਗਾ ਆ ਅਸੀਂ ਉਹਨੂੰ ਜਿਹੜਾ ਪਾਣੀ ਵਗੈਰਾ ਦੇ ਰਹੇ ਹੈਗੇ ਹਾਂ। ਇਹਨਾਂ ਚੀਜ਼ਾਂ 'ਤੇ ਜਿਹੜਾ ਹੈ ਡਿਪੈਂਡ ਕਰਦਾ ਹੈ ਗੰਨੇ ਦੀ ਜੋ ਕੁਆਲਿਟੀ ਜਿਹੜੀ ਹੈ ਉਹ ਕਿਸ ਤਰ੍ਹਾਂ ਤਿਆਰ ਹੋ ਸਕਦੀ ਆ, ਵਧੀਆ ਹੋ ਸਕਦੀ ਆ। ਗਰਮ ਗਰਮ ਗੁੜ ਸਾਇੰਟੀਫਿਕ ਅਤੇ ਸ਼ੁੱਧ ਤਰੀਕੇ ਨਾਲ ਤਿਆਰ ਹੋਇਆ, ਜਦੋਂ ਚਖਿਆ ਅਤੇ ਅੰਦਰੋਂ ਆਵਾਜ਼ ਆਈ ਵਾਹ ਬੇਹੱਦ ਲਜ਼ੀਜ਼। ਇੱਥੇ ਕੁਝ ਵੀ ਵੇਸਟ ਜਾਂ ਫਾਲਤੂ ਨਹੀਂ ਜਾਂਦਾ, ਹਰ ਚੀਜ਼ ਨੂੰ ਸੂਝ ਅਤੇ ਸਮਝਦਾਰੀ ਨਾਲ ਵਰਤਣ ਦਾ ਚੱਲਣ ਹੈ। ਇਸ ਕਰਕੇ ਸੋਲਿਡ ਵੇਸਟ ਮੈਨੇਜਮੈਂਟ ਕਿਵੇਂ ਕੀਤੀ ਜਾਂਦੀ ਹੈ ਤੁਸੀਂ ਆਪ ਹੀ ਵੇਖੋ। ਜਿਹੜਾ ਵੇਸਟ ਮੈਨੇਜਮੈਂਟ ਹੈ ਇਸ ਇੰਡਸਟਰੀ ਦਾ, ਕਿਉਂਕਿ ਇਹ ਇੱਕ ਐਗਰੋ ਇੰਡਸਟਰੀ ਹੈ ਖਾਸ ਕਰਕੇ ਰੂਰਲ ਏਰੀਏ ਦੀ, ਇਸ ਇੰਡਸਟਰੀ ਦੇ ਵਿੱਚ ਜਿਹੜੇ ਵੇਸਟ ਆ ਉਹ ਤੁਸੀਂ ਦੇਖੋਗੇ ਕਿ ਜੇ ਅਸੀਂ ਗੁੜ ਦੇ ਪ੍ਰੋਸੈਸਿੰਗ ਪਲਾਂਟ ਦੀ ਗੱਲ ਕਰਦੇ ਹਾਂ ਤਾਂ ਗੁੜ ਦੇ ਪ੍ਰੋਸੈਸਿੰਗ ਪਲਾਂਟ ਦੇ ਵਿੱਚ ਜਿਹੜਾ ਵੇਸਟ ਪੈਦਾ ਹੁੰਦਾ ਆ ਉਹ ਇੱਕ ਸਾਡਾ ਉਹਦਾ ਹਸਕ ਹੁੰਦਾ ਹੈ ਜਿਹਨੂੰ ਅਸੀਂ ਬੋਲਦੇ ਹਾਂ ਗੁੱਲੀਆਂ ਜਿਹੜੀਆਂ, ਉਹ ਵੀ ਅਸੀਂ ਐਜ਼ ਏ ਬਰਨਿੰਗ ਏਜੰਟ ਦੇ ਤੌਰ 'ਤੇ ਉਹਨੂੰ ਅਸੀਂ ਯੂਜ਼ ਕਰਦੇ ਹਾਂ। ਫਿਊਲ ਸਾਡਾ ਉਹ ਦੇਸੀ ਫਿਊਲ ਆ। ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚੋਂ ਐਸ਼ ਨਿਕਲਦੀ ਹੈ ਜਿਹਨੂੰ ਅਸੀਂ ਸਵਾਹ ਬੋਲਦੇ ਹਾਂ, ਜਿਹੜਾ ਹੈਗਾ ਆ ਪਲਾਂਟਸ ਨੂੰ ਟ੍ਰੀਟ ਕਰਨ ਦੇ ਲਈ ਵੀ ਵਰਤਦੇ ਹਾਂ, ਜਿਹਦੇ ਵਿੱਚ ਇਨਸੈਕਟੀਸਾਈਡ ਪੈਸਟੀਸਾਈਡ ਨੂੰ ਰਿਪੈਲੈਂਟ ਕਰਨ ਦੇ ਲਈ ਇੱਕ ਬਹੁਤ ਵਧੀਆ ਔਰਗੈਨਿਕ ਮੈਥਡ ਆ। ਸੈਕਿੰਡ ਇਹ ਹੈ ਵੀ ਜੇ ਕਿਤੇ ਕਿਸੇ ਲੈਂਡ ਨੂੰ ਫਿਲ ਕਰਨਾ ਹੋਵੇ ਤਾਂ ਉਹਦੇ ਲਈ ਉਹ ਅਸੀਂ ਵਰਤ ਲੈਂਦੇ ਹਾਂ। ਫਿਰ ਮੈਂ ਜੇ ਹੋਰ ਇੰਡਸਟਰੀ ਦੀ ਗੱਲ ਕਰਾਂ, ਸਾਡੇ ਕੋਲ ਸੈਟਅਪ ਜਿਹੜਾ ਇਸ ਵੇਲੇ ਸ਼ਹਿਦ ਪ੍ਰੋਸੈਸਿੰਗ ਦਾ ਵੀ ਹੈਗਾ ਆ, ਸਾਡੇ ਕੋਲ ਇਸ ਵੇਲੇ ਸੈਟਅਪ ਜਿਹੜਾ ਹੈਗਾ ਆ ਇੱਕ ਟਰਮੈਰਿਕ ਪ੍ਰੋਸੈਸਿੰਗ ਦਾ ਵੀ ਹੈਗਾ ਆ। ਇਹਨਾਂ ਇੰਡਸਟਰੀਆਂ ਦੇ ਵਿੱਚੋਂ ਕੋਈ ਵੇਸਟ ਜਿਹੜਾ ਆ 0.03% ਜਿਹੜਾ ਪੈਦਾ ਹੁੰਦਾ ਆ ਅਪਰੋਕਸੀਮੇਟਲੀ। ਇਹਦੇ ਵਿੱਚੋਂ ਅਸੀਂ ਜਦੋਂ ਦੇਖਦੇ ਹਾਂ ਤਾਂ ਜੋ ਡਸਟ ਨਿਕਲਦੀ ਹੁੰਦੀ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਟਰਮੈਰਿਕ ਪ੍ਰੋਸੈਸਿੰਗ ਦੀ, ਉਹ ਵੀ ਡਸਟ ਜਿਹੜੀ ਹੈਗੀ ਆ ਉਹ ਅਸੀਂ ਕਲੈਕਟ ਕਰ ਲੈਂਦੇ ਹਾਂ, ਕਲੈਕਟ ਕਰਕੇ ਉਹ ਕੋਸਮੈਟਿਕ ਦੇ ਵਿੱਚ ਜਾਂਦੀ ਆ, ਜਿਹੜੀ ਕਿ ਕਹਿ ਸਕਦੇ ਹਾਂ ਕਿ ਵੈਲਿਊ ਐਡੀਸ਼ਨ ਦਾ ਇੱਕ ਹੋਰ ਵਧੀਆ ਇੱਕ ਢੰਗ ਆ। ਇਹ ਇੱਕ ਫਾਰਮਰ ਸੈਟਅਪ ਆ। ਮੈਂ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਕਿਹਾ ਸੀ ਕਿ ਪੰਜਾਬ ਪੋਲਿਊਸ਼ਨ ਦੇ ਨਾਮ ਦੇ ਉੱਤੇ ਬੜਾ ਇਸ ਵੇਲੇ ਧੱਬਾ ਲੱਗਾ ਹੋਇਆ ਆ, ਪਰ ਪੰਜਾਬ ਦੇ ਇਹੋ ਜਿਹੇ ਜਦੋਂ ਤੁਸੀਂ ਮਾਡਲ ਦੇਖਦੇ ਆ ਇਹਨਾਂ ਮਾਡਲਾਂ ਦੇ ਵਿੱਚੋਂ ਤੁਹਾਨੂੰ ਇੱਕ ਇਸ ਕੰਸੈਪਟ ਦੇ ਵਿੱਚੋਂ ਇੱਕ ਖੁਸ਼ਬੂ ਆਉਂਦੀ ਹੈ, ਪੰਜਾਬ ਦੀ ਅਸਲੀ ਰਿਐਲਿਟੀ ਇਹਦੇ ਵਿੱਚੋਂ ਨਿਕਲਦੀ ਹੈ। ਜਿਹੜੀ ਅਸਲੀ ਰਿਐਲਿਟੀ ਆ, ਰਿਐਲਿਟੀ ਇਹ ਹੈ ਕਿ ਪੰਜਾਬ ਮਿਠਾਸ ਦੇ ਲਈ ਮੰਨਿਆ ਪਰ ਮੰਨਿਆ ਆ, ਪੰਜਾਬ ਦੇ ਵਿੱਚੋਂ ਜਿਹੜੀ ਚੀਜ਼ ਪੈਦਾ ਹੁੰਦੀ ਹੈ ਉਹਦੀ ਇੱਕ ਅਲੱਗ ਖੁਸ਼ਬੂ ਅਲੱਗ ਟੇਸਟ ਆ, ਉਹ ਇੱਕ ਰਿਚ ਨਿਊਟ੍ਰੀਸ਼ਨ ਦੇ ਤੌਰ ਦੇ ਉੱਤੇ ਅਸੀਂ ਉਹਨੂੰ ਖਾਂਦੇ ਹਾਂ ਅਤੇ ਮਿਲਾਵਟ ਰਹਿਤ ਆ। ਸਾਡੀ ਇਹ ਜਿਹੜੀ ਸੁਸਾਇਟੀ ਹੈ ਇਹਦੇ ਦੋ ਮਿਸ਼ਨ ਨੇ। ਨੰਬਰ ਇੱਕ ਤਾਂ ਹੈ ਕਿ ਸਮੂਹ ਜਿਹੜਾ ਹੈ ਉਹ ਇੰਡੀਵਿਜੁਅਲ ਤੋਂ ਸਦਾ ਤਾਕਤਵਰ ਹੁੰਦਾ ਹੈ। ਅਸੀਂ ਆਪਣੇ ਬੇਰੁਜ਼ਗਾਰ ਜਿਹੜੇ ਹੈ ਸਾਡੇ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਦੇਣ ਵਾਸਤੇ ਜਿਹੜਾ ਹੈ ਸਾਡੇ 350 ਕਿਸਾਨਾਂ ਦਾ ਇਕੱਠ ਹੋਇਆ ਹੈ, ਅਸੀਂ ਆਪ ਹੀ ਪ੍ਰੋਡਕਸ਼ਨ ਕਰਦੇ ਹਾਂ, ਆਪ ਹੀ ਉਹਦੀ ਪ੍ਰੋਸੈਸਿੰਗ ਕਰਦੇ ਹਾਂ ਅਤੇ ਆਪ ਹੀ ਅਸੀਂ ਉਹਦੀ ਮਾਰਕੀਟਿੰਗ ਕਰਦੇ ਹਾਂ। ਬਸ ਇਹੀ ਪੰਜਾਬੀਅਤ ਹੈ, ਇਹੀ ਹੈ ਸਾਡਾ ਪੰਜਾਬ। ਇਹ ਗੰਨੇ ਦੇ ਉਤਪਾਦਕ ਨੇ, ਕਾਫ਼ੀ ਵੱਡੀ ਮਾਤਰਾ 'ਚ ਗੰਨਾ ਪ੍ਰੋਡਿਊਸ ਕਰਦੇ ਨੇ, ਵਿਦੇਸ਼ ਜਾਣ ਦੇ ਬਿਲਕੁਲ ਖਿਲਾਫ਼ ਨੇ। ਮੈਂ ਜਗਤਾਰ ਸਿੰਘ, ਪਿੰਡ ਭਾਗੋਵਾਲ,
ਮੈਂ ਗੰਨੇ ਦੀ ਖੇਤੀ ਕਰਦਾ, 100 ਕਿੱਲਾ ਗੰਨਾ ਲਗਾਉਂਦਾ ਅਤੇ ਨਵੀਂ ਤੋਂ ਨਵੀਂ ਵਰਾਇਟੀ ਤਿਆਰ ਕਰਦੇ ਹਾਂ। ਇਹ ਵੀ ਸ਼ੂਗਰ ਮਿਲ ਨੂੰ ਗੰਨਾ ਵੀ ਦਿੰਦੇ ਹਾਂ ਅਤੇ ਔਰਗੈਨਿਕ ਖੇਤੀ ਜਿਹੜੀ ਕਰਦੇ ਹਾਂ ਉਹ ਫੈਪਰੋ ਨੂੰ ਸਪਲਾਈ ਕਰਦੇ ਹਾਂ ਅਤੇ ਨਵੀਂ ਤੋਂ ਨਵੀਂ ਵਰਾਇਟੀ ਜਿਹੜੀ ਆ ਉਹ ਅਸੀਂ ਤਿਆਰ ਕੀਤੀ ਆ। ਗੰਨੇ ਦੀ ਖੇਤੀ ਜਿਹੜੀ ਕਰ ਰਹੇ ਹਾਂ ਇਹਦੇ ਵਿੱਚੋਂ ਸਾਨੂੰ 400 ਕੁਇੰਟਲ ਗੰਨਾ ਪਰ ਏਕੜ ਅਸੀਂ ਕੱਢਦੇ ਹਾਂ, ਜਿਹਦੇ ਵਿੱਚੋਂ ਸਾਨੂੰ 14-15 ਬੰਦੇ ਵੀ ਸਾਡੇ ਕੋਲ ਪੱਕੇ ਕੰਮ ਕਰਦੇ ਆ, ਉਹਨਾਂ ਦਾ ਖਰਚਾ ਖੁਰਚਾ ਕੱਢ ਕੇ ਸਾਨੂੰ 50,000 ਏਕੜ ਦਾ ਸਾਨੂੰ ਬਚਦਾ ਅਤੇ ਸਾਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ। ਜੇ ਇੱਥੇ ਅਸੀਂ ਖੇਤੀ ਕਰਦੇ ਰਹੀਏ ਤਾਂ ਗੰਨੇ ਦਾ ਕੰਮ ਕਰਕੇ ਬਹੁਤ ਵਧੀਆ ਪ੍ਰੋਫਿਟ ਮਿਲਦਾ। ਫੈਪਰੋ ਦਾ ਇੱਕ ਨਵਾਂ ਇਨੀਸ਼ੀਏਟਿਵ ਹੈ ਕਿ ਅਸੀਂ ਵੈਲਿਊ ਐਡੀਸ਼ਨ ਦੇ ਤੌਰ ਦੇ ਨਾਲ ਨਾਲ ਇੱਕ ਮਾਰਕੀਟਿੰਗ ਵਾਲੇ ਪਾਸੇ ਵੀ ਪੁਆਇੰਟ ਆਫ ਵਿਊ ਤੋਂ ਵੀ ਕੰਮ ਕਰ ਰਹੇ ਹਾਂ, ਜਿਹੜਾ ਕਿ ਫਾਰਮਰ ਦੀ ਇਨਕਮ ਨੂੰ ਪ੍ਰਾਈਮ ਮਿਨਿਸਟਰ ਸਾਹਿਬ ਦਾ ਸੁਪਨਾ ਸੀਗਾ ਕਿ ਅਸੀਂ ਡਬਲ ਇਨਕਮ ਕਰਨੀ ਹੈ, ਉਹ ਮੈਨੂੰ ਲੱਗਦਾ ਕਿ ਜੇ ਕਨਸੈਪਟ ਜਿਹੜਾ ਹੈਗਾ ਉਹ ਅਸਲੀ ਰਿਐਲਿਟੀ ਦੇ ਵਿੱਚ 2001 ਤੋਂ ਇੱਥੇ ਇਹ ਲੱਗਾ ਹੋਇਆ ਆ, ਜਿਹਨੂੰ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਕੈਮਰੇ ਦੀ ਅੱਖ ਦੇ ਨਾਲ ਬਹੁਤ ਵਧੀਆ ਬੜਾ ਕਨਸੈਪਟ ਅੱਛਾ ਆ। ਇਹਦੇ ਤਹਿਤ ਹੀ ਇਸ ਵੇਲੇ ਜੇ ਮੈਂ ਗੱਲ ਕੀਤੀ ਡਬਲ ਇਨਕਮ ਦੀ, ਤਾਂ ਫਾਰਮਰ ਇਸ ਵੇਲੇ ਇੱਥੇ 4 ਗੁਣਾ ਇਨਕਮ ਵੀ ਲੈ ਰਹੇ ਆ। ਵਿਆਹਾਂ 'ਚ ਮਠਿਆਈਆਂ ਨਾਲੋਂ ਹੁਣ ਲੋਕ ਇਹਨਾਂ ਦਾ ਗੁੜ ਦੇਣ ਨੂੰ ਤਰਜੀਹ ਦਿੰਦੇ ਨੇ, ਇਹ ਵੱਡੀ ਮਾਤਰਾ ਦੇ ਵਿੱਚ ਆਰਡਰਸ ਤਿਆਰ ਕਰਕੇ ਭੇਜਦੇ ਨੇ। ਮੈਂ ਗੱਲ ਕਰਾਂ ਇਕੱਲੇ ਪੰਜਾਬ ਦੀ ਨਹੀਂ, ਇਸ ਵੇਲੇ ਸਾਡੇ ਲਾਗੇ ਗੁਆਂਢੀ ਰਾਜ ਨੇ ਜਿਵੇਂ ਹਿਮਾਚਲ ਆ, ਜਿਵੇਂ ਕਿ ਸਾਡੇ ਕੋਲ ਇਸ ਵੇਲੇ ਦਿੱਲੀ ਆ, ਜਿਵੇਂ ਕਿ ਸਾਡੇ ਕੋਲ ਚੰਡੀਗੜ੍ਹ ਆ, ਅਤੇ ਇੱਦਾਂ ਹੀ ਸਾਡੇ ਕੋਲ ਜਿੱਦਾਂ ਹਰਿਆਣਾ ਆ, ਉੱਥੇ ਤੱਕ ਵੀ ਸਾਡੀਆਂ ਜਿਹੜੀਆਂ ਹੈਗੀਆਂ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਜਿਹੜੀਆਂ ਪ੍ਰੋਸੈਸ ਹੋਈਆਂ ਚੀਜ਼ਾਂ ਆ ਜਿਹੜੀਆਂ ਵੈਲਿਊ ਐਡਡ ਆ ਉਹ ਉੱਥੇ ਤੱਕ ਜਾਂਦੀਆਂ ਹੈਗੀਆਂ। ਮੈਂ ਰੀਸੈਂਟਲੀ ਇੱਕ ਜੇ ਐਡ ਕਰਾਂ ਤਾਂ ਇਸ ਵੇਲੇ ਡਲਹੌਜ਼ੀ ਦੇ ਬਿਲਕੁਲ ਮਾਹ ਰੋਡ ਦੇ ਵਿੱਚ ਸਾਡੇ ਜਿਹੜੇ ਪ੍ਰੋਡਕਟ ਆ ਉਹ ਵੀ ਉੱਥੇ ਡਿਸਪਲੇ ਹੋ ਗਏ ਆ। ਦੈਟ ਇਜ਼ ਦੀ ਗੁੱਡ ਸਟੋਰੀ ਕਿ ਇਹਦੇ ਤਹਿਤ ਜਿਹੜੇ ਆ ਫਾਰਮਰ ਇਸ ਵੇਲੇ ਆਪਣਾ ਇੱਕ ਰਾਜ ਤੋਂ ਦੂਜੇ ਰਾਜ ਦੇ ਵਿੱਚ ਐਕਸਪੋਰਟ ਕਰਨ ਲੱਗ ਪਏ ਆ। ਇਹ ਬੇਸਿਕਲੀ ਇੱਥੋਂ ਜਿਹੜਾ ਸਿੱਖਣ ਨੂੰ ਮਿਲਦਾ ਕਿ ਫਾਰਮਰ ਜਿਹੜੇ 300 ਫਾਰਮਰ ਆ ਉਹਨਾਂ ਦਾ ਕਲੈਕਟਿਵਲੀ ਇੱਕ ਵਰਕਿੰਗ ਏਰੀਆ ਆ ਜਿਹਦੇ ਵਿੱਚੋਂ ਉਹ ਇਹ ਕੰਮ ਕਰ ਰਹੇ ਆ ਅਤੇ ਪੰਜਾਬ ਦੇ ਕਸਟਮਰ ਤੱਕ ਉਹ ਆਪਣੀ ਚੀਜ਼ ਲੈ ਕੇ ਜਾਂਦੇ ਆ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਖਜਿੰਦਰ ਸਿੰਘ ਪੰਨੂ, ਮੈਂ ਇੱਥੇ ਮੈਨੇਜਰ ਦੀ ਜੋਬ ਕਰ ਰਿਹਾ ਹਾਂ। ਸਾਡੇ ਮੇਨ ਪ੍ਰੋਡਕਟ ਹੈ ਹਲਦੀ, ਸ਼ਹਿਦ, ਗੁੜ, ਸ਼ੱਕਰ। ਸਾਡਾ ਸ਼ਹਿਦ ਕੰਢੀ ਏਰੀਏ ਦਾ ਸ਼ਹਿਦ ਹੁੰਦਾ ਹੈ ਜਿਸਨੂੰ ਮਲਟੀ ਫਲੋਰਾ ਕਿਹਾ ਜਾਂਦਾ ਹੈ। ਇਸ ਦੀ ਮੈਡੀਸਨ ਵੈਲਿਊ ਬਹੁਤ ਹੈ। ਨਾਲ ਸਾਡਾ ਹੁਣ ਨਵਾਂ ਪ੍ਰੋਡਕਟ ਗੁੜ ਸ਼ੱਕਰ ਅਸੀਂ ਤਿਆਰ ਕਰ ਰਹੇ ਹਾਂ ਜੋ ਕਿ ਪੂਰੇ ਹਾਈਜੀਨਿਕ ਤਰੀਕੇ ਨਾਲ ਕਰ ਰਹੇ ਹਾਂ। ਇਸ ਗੁੜ ਸ਼ੱਕਰ ਨੂੰ ਅਸੀਂ ਵਿਆਹਾਂ ਸ਼ਾਦੀਆਂ ਵਿੱਚ ਮਠਿਆਈ ਦੇ ਤੌਰ 'ਤੇ ਵੀ ਵਰਤਣ ਲਈ ਤਿਆਰ ਕੀਤਾ ਜਾਂਦਾ ਹੈ। ਸੋਹਣੇ ਦੇਸ਼ ਅੰਦਰ ਦੇਸ਼ ਪੰਜਾਬ ਨਹੀਂ ਸਹੀ ਹੋ, ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨਹੀਂ ਸਹੀ ਹੋ।